ये तीन कानून हिंदुस्तान की आजादी छीनने के कानून है। साड़ी पार्टी अकेले दम तक अपनी किसानी मैदान खड़ेगी और लड़ेगी उन्होंने हक्का वास्ते। कांग्रेस पार्टी जिंदाबाद, राहुल गांधी जिंदाबाद, कांग्रेस पार्टी जिंदाबाद, राहुल गांधी जिंदाबाद, मोदी सरकार मुर्दाबाद, 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 मोदी सरकार मुर्दाबाद। जो कुछ हो गया इस स्टेज तो बहुत कुछ दसिया गया, बहुत कुछ तुसी अखबार पढ़ते हो, सुनते हो, टेलीविजन से सुनते हो, सब कुछ तुसी देख जानते हो। एक टोटल बेइंसाफी है किसानी के नाल, भुल गए ने वो देने लोग। जदों असीं बाहरले विदेशां तों आने लगे अपने लोगों नूं रोटी खवाउण वास्ते, देश नूं रोटी खवाउण वास्ते, ਫਿਰ ਇਹ 2% ਧਰਤੀ ਜਿਹਨੂੰ ਕਹਿੰਦੇ ਆਪਾਂ ਪੰਜਾਬ, ਉਹਨੇ ਹਿੰਮਤ ਕੀਤੀ, ਉਹਦੀ ਕਿਸਾਨੀ ਨੇ ਹਿੰਮਤ ਕੀਤੀ ਔਰ ਅਸੀਂ 50% ਦੇਸ਼ ਦਾ ਅੰਨ ਦਾ ਭੰਡਾਰ ਸਾਡਾ ਝੋਨਾ ਸਾਡੀ ਕਣਕ ਭਰਦਾ ਸੀ, ਸਾਡੀ ਮਿਹਨਤ ਨਾਲ। ਇਹ ਕਿਸਾਨਾਂ ਦੀ ਮਿਹਨਤ ਸੀ, ਕਣਕ ਦੀ ਧੁੱਪ ਚ ਹੋਏ ਆ, ਠੰਡ ਚ ਹੋਏ, ਉਹਨਾਂ ਨੇ ਪੈਦਾਵਾਰ ਕਰਕੇ ਦੇਸ਼ ਨੂੰ ਬਚਾਇਆ। 60 ਸਾਲ ਹੋ ਗਏ ਨੇ ਉਸ ਗ੍ਰੀਨ ਰੈਵੋਲਿਊਸ਼ਨ ਨੂੰ, ਜਿਹੜੀ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਵੀਆਂ ਘੜੀਆਂ ਕਣਕਾਂ ਔਰ ਨਵੀਂ ਬਣਾਈ ਹੈ ਫਿਰ ਝੋਨਾ, ਔਰ ਇਹ ਚੱਲਦੇ ਰਹੇ ਔਰ 60 ਸਾਲ ਤੋਂ ਬੜੀਆਂ ਸਾਰੀਆਂ ਚੱਲਦੀਆਂ ਰਹੀਆਂ। ਆੜਤੀ ਸਾਡੇ ਵੀਰ ਚੱਲਦੇ ਰਹੇ, ਕਿਸਾਨੀ ਤਾਂ ਚੱਲਣੀ ਸੀ, ਉਹਨਾਂ ਦੇ ਨਾਲ ਜਿਹੜੇ ਕਿਸਾਨ ਮਜ਼ਦੂਰ ਸੀ ਉਹ ਚੱਲਦੇ ਰਹੇ, ਦਲਿਤ ਵੀਰ ਚੱਲਦੇ ਰਹੇ, ਸਾਰਾ ਇੱਕ ਕਿਸਮ ਦਾ ਇੱਕ ਪਰਿਵਾਰਿਕ ਸਾਧ ਸੀ ਜਿਹੜੀ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੀ ਸੀ। ਅੱਜ ਵੀ ਅਸੀਂ ਹੋਰ ਜਗ੍ਹਾ ਚ ਗੰਗਾ ਜਮਨਾ ਬੇਸਨ ਦੇ ਵਿੱਚ, ਨਰਮਦਾ ਦੇ ਵਿੱਚ, ਕਾਵਰੀ ਦੇ ਵਿੱਚ ਨਵੇਂ ਨਵੇਂ ਝੋਨੇ ਹੋਣ ਲੱਗ ਗਏ, ਮੱਧ ਪ੍ਰਦੇਸ਼ ਕਣਕ ਹੋਣ ਲੱਗ ਗਈ, ਲੇਕਿਨ ਫਿਰ ਵੀ ਪੰਜਾਬ ਦੀ ਕਣਕ ਔਰ ਝੋਨੇ ਬਗੈਰ ਹਿੰਦੁਸਤਾਨ ਨਹੀਂ ਚੱਲ ਸਕਦਾ। ਔਰ ਜਦੋਂ ਇਹ ਦੇਖ ਰਹੇ ਨੇ ਕਿ ਸੁਧਾਰ ਕੁਛ ਆ ਰਿਹਾ ਇਹਨਾਂ ਦੇ ਪੈਦਾਵਾਰ ਦੇ ਵਿੱਚ, ਤੁਸੀਂ ਗਲਾ ਕਿਹਦਾ ਘੋਟੋ, ਪੰਜਾਬ ਦੇ ਕਿਸਾਨੀ ਦਾ ਘੋਟੋ। ਹੁਸ਼ਿਆਰਪੁਰ ਦੇ ਮੰਡੀ ਦੇ ਵਿੱਚ 600 ਰੁਪਏ ਵਿਕੀ ਸੀ, ਇਹੀ ਹੋਣਾ ਕਣਕ ਦਾ, ਇਹੀ ਹੋਣਾ ਤੁਹਾਡੇ ਝੋਨੇ ਦਾ, ਅਗਰ ਕੋਈ ਖਰੀਦਦਾ ਕੋਈ ਇੱਥੇ ਪ੍ਰਬੰਧ ਨਹੀਂ ਕੀਤਾ ਜਾਵੇ। ਇਹ ਨਹੀਂ ਸੋਚਦੇ ਕਿ ਹਰ ਉਹ 2 ਕਿੱਲੇ ਵਾਲੇ ਨੇ ਆਪਣੇ ਬੱਚੇ ਪਾਲਣੇ ਨੇ, ਉਹਨੂੰ ਦੇਖਣਾ ਹੈ, ਕੱਪੜੇ ਦੇਣੇ ਨੇ, ਉਹਨਾਂ ਨੇ ਆਪਣਾ ਘਰ ਬਾਰ ਚਲਾਉਣਾ, ਕਿਸੇ ਚਲਾਉਣਗੇ? ਇਹ ਗੱਲਾਂ ਇਹ ਸੋਚਣੀਆਂ ਚਾਹੀਦੀਆਂ ਨੇ ਇਹਨਾਂ ਬੰਦਿਆਂ ਨੂੰ, ਲੇਕਿਨ ਇਹ ਜ਼ਿਆਦਾ ਲੱਗੇ ਹੋਏ ਨੇ ਹੋਰ ਕੰਮ 'ਚ, ਇੰਟਰਨੈਸ਼ਨਲ ਕਰਦੇ ਹੋ, ਅਡਾਨੀਆਂ ਨੂੰ ਆਉਂਦੇ ਹੋ, ਵੱਡੇ ਵੱਡੇ ਚੀਜ਼ਾਂ ਇੱਥੇ ਚੱਕਣ। ਤੁਸੀਂ ਹੁਣ ਜਿਹੜਾ ਇੱਥੇ ਕਿਸਾਨ ਮੇਰੀ ਗੱਲ ਸੁਣ ਰਿਹਾ, ਜਦੋਂ ਤੁਹਾਨੂੰ ਕਦੇ ਲੋੜ ਪੈਂਦੀ ਹੈ ਨਾ, ਤੁਹਾਡੀ ਬੇਟੀ ਬਿਮਾਰ ਹੋ ਜਾਂਦੀ ਹੈ, ਕਿਸੇ ਦਾ ਵਿਆਹ ਹੈ, ਤੁਸੀਂ ਜਾ ਕੇ ਉੱਥੇ ਆਪਣੇ ਆਟੇ ਉੱਪਰ ਜਾਂਦੇ ਹੋ, ਖਰਚਦਾਰ ਕਰਦੇ ਹੋ, ਰਾਤ ਦੇ 12 ਵਜੇ ਕਿ ਮੈਂ ਆਪਣੇ ਬੱਚੇ ਨੂੰ ਲੈ ਕੇ ਜਾਣਾ ਹੋਸਪਿਟਲ, ਔਰ ਜਿੰਨਾ ਪੈਸਾ ਚਾਹੀਦਾ ਸੀ ਤੁਸੀਂ ਲੈ ਜਾਂਦੇ ਹੋ, ਹੁਣ ਅਡਾਨੀ ਦੇ ਬਾਹਰ ਨੂੰ ਤੁਸੀਂ ਇੱਧਰ ਪਾਓਗੇ ਜਾ ਕੇ ਮੁੰਬਈ 'ਚ? ਇਹ ਸੋਚਣ ਵਾਲੀਆਂ ਗੱਲਾਂ ਨੇ, ਪਰ ਇਹ ਸੋਚਦੇ ਨਹੀਂ। ਮੇਰੀ GST ਇਹਨਾਂ ਨੇ ਕੰਸਟੀਟਿਊਸ਼ਨ ਵਾਅਦਾ ਕੀਤਾ ਸੀ ਕਿ ਜਿਹੜਾ ਸਾਡਾ ਟੈਕਸ ਲੈਣੇ ਦੇ ਪੰਜਾਬ ਦਾ ਅਸੀਂ ਔਰ ਸਾਰੇ ਸੂਬਿਆਂ ਦਾ ਅਸੀਂ ਲਵਾਂਗੇ, ਔਰ ਜਿੰਨਾ ਤੁਹਾਡਾ ਹਿੱਸਾ ਬਣਦਾ ਹਰ 3 ਮਹੀਨੇ ਬਾਅਦ ਤੁਹਾਨੂੰ ਦੇ ਦਾਂਗੇ। 7 ਮਹੀਨੇ ਹੋ ਗਏ ਨੇ ਪੰਜਾਬ ਨੂੰ ਕੋਈ ਟੈਕਸ ਮਿਲਿਆ ਨਾ, ਉਹ ਦੇਣਾ, ਮੰਡੀਆਂ ਤੁਸੀਂ ਬੰਦ ਕਰ ਦੇਣੀਆਂ ਨੇ,
ਫਿਰ ਸਾਡੇ ਕੋਲ 4,000 ਕਰੋੜ ਜਿਹੜਾ ਰੁਪਇਆ ਮੰਡੀ ਦੇ ਵਿੱਚ ਆਉਂਦਾ ਸੀ, ਜਿਹਦੇ ਨਾਲ ਤੁਸੀਂ ਆਪਣੀ ਲਿੰਕ ਰੋਡ ਬਣਾਉਂਦੇ ਸੀ ਪਿੰਡਾਂ ਦੀ, ਆਪਾਂ ਮਿਹਨਤ ਕਰਕੇ ਸਭ ਕੁਝ ਜਿਹੜਾ ਕੁਝ ਚਾਹੀਦਾ ਸੀ ਪਿੰਡਾਂ ਦੇ ਵਿੱਚ ਉਹ ਕਰਦੇ ਸੀ, ਉਹ ਤੁਸੀਂ ਖਤਮ, ਉੱਥੇ ਪੈਸਾ ਨਹੀਂ ਰਹਿਣਾ। ਗਲਤ ਕਦਮ ਇਹਨਾਂ ਨੇ ਚੱਕੇ ਨੇ ਔਰ ਆਪਾਂ ਨੂੰ ਹੁਣ ਡੱਟ ਕੇ ਖੜਨਾ ਪਊ। ਸਾਰੇ ਸਾਡੇ ਕਿਸਾਨ ਜਥੇਬੰਦੀਆਂ ਹੋਣ, ਜੋ ਵੀ ਪਾਰਟੀਆਂ ਸਾਡੇ ਨਾਲ ਜੁੜਦੀਆਂ ਨੇ ਇਸ ਲੜਾਈ 'ਚ, ਆਪਾਂ ਇਹਨੂੰ ਅੱਗੇ ਚੱਲੀਏ। ਇਹਨਾਂ ਨੇ ਸਮਝਣ ਕਿ ਇੱਥੇ ਗੱਲ ਮੁੱਕ ਗਈ। ਜੋ ਕਦਮ ਪੰਜਾਬ ਸਰਕਾਰ ਨੂੰ ਚਲਾਉਣੇ ਪੈਣਗੇ, ਵਿਧਾਨ ਸਭਾ ਬਣਾਉਣੀ ਪਵੇਗੀ, ਅਸੀਂ ਬਣਾਵਾਂਗੇ। ਜੋ ਸਾਨੂੰ ਇੱਥੇ ਸੁਪਰੀਮ ਕੋਰਟ ਜਾਂ ਜਿੱਥੇ ਵੀ ਸਾਡੇ ਵਕੀਲ ਕਹਿੰਦੇ ਨੇ ਕਿ ਆਪਾਂ ਨੇ ਜਾਣਾ, ਉੱਥੇ ਜਾਵਾਂਗੇ ਔਰ ਇਹ ਲੜਾਈ ਅਖੀਰ ਤੱਕ ਲੈ ਕੇ ਜਾਵਾਂਗੇ। ਕਿਉਂਕਿ ਮੇਰੇ ਵਾਸਤੇ ਹਰ ਮੇਰਾ ਛੋਟਾ ਕਿਸਾਨ, ਹਰ ਜਿਹੜਾ ਆਪਣੀ ਰੋਟੀ ਨਹੀਂ ਖਾ ਸਕਦਾ, ਉਹ ਮੇਰਾ ਵੀਰ ਹੈ ਔਰ ਉਹਦੇ ਵਾਸਤੇ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਆਪਣਾ ਉਹਦੇ ਲਈ ਖੜਾ। ਅਤੇ ਅੱਜ ਤਕੜੇ ਹੋ ਜਾਓ। ਅੱਜ ਰਾਹੁਲ ਜੀ ਨੇ ਸ਼ੁਰੂ ਕੀਤਾ 3 ਦਿਨ ਆਪਣਾ ਦੌਰਾ ਪੰਜਾਬ ਦਾ, ਨਸ਼ਟ ਕਰ ਦਿਆ, ਖਤਮ ਕਰ ਦਿਆ ਨੋਟਬੰਦੀ ਕੇ ਬਾਅਦ, GST ਕੇ ਬਾਅਦ, ਕੋਰੋਨਾ ਕੇ ਬਾਅਦ। ਅਬ ਨਰੇਂਦਰ ਮੋਦੀ ਜੀ ਜੋ ਹਮਾਰਾ ਫੂਡ ਸਿਕਿਉਰਿਟੀ ਕਾ ਸਿਸਟਮ ਹੈ, ਜੋ ਦੇਸ਼ ਕੋ ਭੋਜਨ ਦਿਲਵਾਨੇ ਕਾ ਸਿਸਟਮ ਹੈ, ਉਸਕੋ ਨਸ਼ਟ ਕਰਨੇ ਮੇਂ ਲਗੇ। ਮੈਂ ਆਪਸੇ ਪੁੱਛਣਾ ਚਾਹਤਾ ਹੂੰ, ਕੋਰੋਨਾ ਫੈਲ ਰਹਾ ਹੈ, ਲੋਕ ਬਿਮਾਰ ਹੋ ਰਹੇ ਹੈ, ਹਰ ਪਰਿਵਾਰ ਮੇਂ ਕੋਈ ਨਾ ਕੋਈ ਬਿਮਾਰ ਹੋ ਰਹਾ ਹੈ। ਯੇ ਜੋ 3 ਕਾਨੂੰਨ ਲਾਏ ਹੈ, ਇਨਕੋ ਲਾਣੇ ਦੀ ਕਿਆ ਜਲਦੀ ਥੀ, ਇਨਕੋ ਅਗਰ ਲਾਣਾ ਹੀ ਥਾ 6 ਮਹੀਨੇ ਬਾਅਦ, 1 ਸਾਲ ਬਾਅਦ ਕਿਉਂ ਨਹੀਂ ਲਾਏ, ਜਲਦੀ ਕਿਸ ਬਾਤ ਕੀ, ਕੋਰੋਨਾ ਕੇ ਸਮੇਂ ਕਿਉਂ? ਇਸਕਾ ਕਾਰਨ ਹੈ ਕਿਉਂਕਿ ਨਰੇਂਦਰ ਮੋਦੀ ਸੋਚਤੇ ਹੈ ਕਿ ਅਗਰ ਹਿੰਦੁਸਤਾਨ ਕੇ ਕਿਸਾਨ ਔਰ ਮਜ਼ਦੂਰ ਕੇ ਪੈਰ ਪਰ ਕੁਲਹਾੜੀ ਮਾਰੇ, ਕੋਰੋਨਾ ਕੇ ਸਮੇਂ ਅਗਰ ਮਾਰੇ, ਤੋ ਕਿਸਾਨ ਔਰ ਮਜ਼ਦੂਰ ਘਰ ਸੇ ਨਹੀਂ ਨਿਕਲ ਪਾਏਗਾ, ਮੀਟਿੰਗ ਨਹੀਂ ਕਰ ਪਾਏਗਾ, ਲੜ ਨਹੀਂ ਪਾਏਗਾ। ਇਸੀ ਲਈ ਕੋਰੋਨਾ ਕੇ ਸਮੇਂ ਨਰੇਂਦਰ ਮੋਦੀ ਨੇ ਇਹ ਕਾਮ ਕੀਆ ਹੈ। ਕਿਸਕੇ ਲਈ ਕੀਆ ਹੈ? ਅੰਬਾਨੀ ਔਰ ਅਦਾਨੀ ਕੇ ਲਈ ਕੀਆ ਹੈ। ਕਿਉਂ ਕੀਆ ਹੈ? ਜ਼ਮੀਨ ਸਾਫ ਕਰਨੇ ਕੇ ਲਈ। ਦੇਖੀਏ, ਮੰਡੀ ਕਾ ਸਿਸਟਮ ਹੈ, ਫੂਡ ਪ੍ਰੋਕਿਓਰਮੈਂਟ ਕਾ ਸਿਸਟਮ ਹੈ, PDS ਕਾ ਸਿਸਟਮ ਹੈ। ਇਸ ਸਿਸਟਮ ਮੇਂ ਕਮੀਆਂ ਹੈ, ਇਸ ਬਾਤ ਕੋ ਮੈਂ ਵੀ ਮਾਨਤਾ ਹੂੰ, ਅਮਰਿੰਦਰ ਸਿੰਘ ਜੀ ਵੀ ਮਾਨਤੇ ਹੈ, ਕਾਂਗਰਸ ਪਾਰਟੀ ਵੀ ਮਾਨਤੀ ਹੈ। ਇਸ ਸਿਸਟਮ ਕੋ ਮਜ਼ਬੂਤ ਕਰਨੇ ਕੀ ਜ਼ਰੂਰਤ ਹੈ, ਔਰ ਮੰਡੀਆਂ ਬਣਾਉਣੇ ਕੀ ਜ਼ਰੂਰਤ ਹੈ, MSP ਕੋ ਗਾਰੰਟੀ ਕਰਨੇ ਕੀ ਜ਼ਰੂਰਤ ਹੈ, ਕਿਸਾਨੋ ਕੋ ਇਨਫਰਾਸਟ੍ਰਕਚਰ ਦੇਣੇ ਕੀ ਜ਼ਰੂਰਤ ਹੈ, ਸਾਇਲੋਜ ਬਣਾਉਣੇ ਕੀ ਜ਼ਰੂਰਤ ਹੈ, ਔਰ ਮਾਰਕੀਟ ਬਣਾਉਣੇ ਕੀ ਜ਼ਰੂਰਤ ਹੈ। ਨਰੇਂਦਰ ਮੋਦੀ ਉਹ ਨਹੀਂ ਕਰ ਰਹੇ, ਨਰੇਂਦਰ ਮੋਦੀ ਸਿਸਟਮ ਕੋ ਮਜ਼ਬੂਤ ਨਹੀਂ ਕਰ ਰਹੇ, ਆਪਕੋ ਔਰ ਮੰਡੀਆਂ ਨਹੀਂ ਦੇ ਰਹੇ। ਕਿਉਂਕਿ ਅਗਰ ਨਰੇਂਦਰ ਮੋਦੀ ਬਿਹਤਰ PDS ਦੇ, MSP ਗਾਰੰਟੀ ਕਰੇ, ਔਰ ਮੰਡੀਆਂ ਦੇ, ਤੋ ਅੰਬਾਨੀ ਔਰ ਅਦਾਨੀ ਪੈਸੇ ਨਹੀਂ ਬਣਾ ਸਕਦੇ। ਨਰੇਂਦਰ ਮੋਦੀ ਸਿਸਟਮ ਕੋ ਨਸ਼ਟ ਕਰ ਰਹੇ, ਜੈਸੇ GST ਸੇ ਉਹਨਾਂ ਛੋਟੇ ਦੁਕਾਨਦਾਰਾਂ ਕੋ ਮਾਰਾ, ਨੁਕਸਾਨ ਸਿਰਫ ਕਿਸਾਨ ਕਾ ਨਹੀਂ, ਨੁਕਸਾਨ ਸਿਰਫ ਮਜ਼ਦੂਰ ਕਾ ਨਹੀਂ, ਨੁਕਸਾਨ ਪੂਰੇ ਦੇਸ਼ ਕਾ ਹੋਣੇ ਜਾ ਰਹਾ ਹੈ। ਅੰਗਰੇਜ਼ੋ ਸੇ ਹਮ ਲੜੇ ਥੇ, ਕਿਸਨੇ ਲੜੇ ਥੇ, ਉਹਨਾਂ ਹਮਾਰਾ ਭੋਜਨ ਕੰਟਰੋਲ ਕਰ ਦਿਆ ਥਾ, ਜਿਸਕਾ ਭੋਜਨ ਕੰਟਰੋਲ ਹੋ ਜਾਤਾ ਹੈ, ਉਸਕੀ ਆਜ਼ਾਦੀ ਗਾਇਬ ਹੋ ਜਾਤੀ ਹੈ, ਖਤਮ ਹੋ ਜਾਤੀ ਹੈ। ਯੇ 3 ਕਾਨੂੰਨ
हिंदुस्तान की आजादी छीनने के कानून है। यह कानून सिर्फ किसान के खिलाफ नहीं है, मजदूर के खिलाफ नहीं है, छोटे दुकानदार के खिलाफ नहीं, ये पूरे ये कानून हिंदुस्तान के खिलाफ है। और इसीलिए कांग्रेस पार्टी पीछे नहीं हटने वाली। और हम नरेंद्र मोदी जी, आपको समझना पड़ेगा, हिंदुस्तान की किसान की शक्ति, मजदूर की शक्ति आपको हम समझाने जा रहे हैं। आप ये मत सोचिए कोरोना का समय है, किसान घर बैठ जाएगा, मजदूर घर बैठ जाएगा। नहीं, किसान मजदूर सबके सब सड़क पे आएंगे, आपकी सरकार से लड़ेंगे और इन कानूनों को रद्द करके दिखाएंगे।